ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਇਹ ਤਸਵੀਰਾਂ ਜਲੰਧਰ ਦੇ ਆਬਾਦਪੁਰਾ ਦੇ ਨਾਲ ਲੱਗਦੀ ਰਮੇਸ਼ਵਰ ਕਲੋਨੀ ਦੀਆਂ ਨੇ। ਅਜਿਹਾ ਲੱਗ ਰਿਹਾ ਹੈ ਕਿ ਇੱਥੇ ਕੋਈ ਬਹੁਤ ਵੱਡਾ ਹਮਲਾ ਹੋਇਆ ਹੈ, ਪਰ ਤੁਹਾਨੂੰ ਦੱਸ ਦਈਏ ਕਿ ਇਹ ਪੁਲਿਸ ਇੱਥੇ ਕਿਸੇ ਆਰੋਪੀ ਦੀ ਗ੍ਰਿਫਤਾਰੀ ਦਾ ਦਬਾਅ ਬਣਾਉਣ ਵਾਸਤੇ ਜਮ੍ਹਾਂ ਹੋਈ ਹੈ। ਦਰਅਸਲ ਕੱਲ੍ਹ ਇਸ ਇਲਾਕੇ 'ਚ ਮਾਮੂਲੀ ਵਿਵਾਦ ਦੇ ਦੌਰਾਨ ਗੋਲੀ ਚੱਲ ਗਈ ਸੀ, ਜਿਸ ਦੇ ਚੱਲਦਿਆਂ ਇੱਕ ਮੁੰਡੇ ਨੂੰ ਨਾਮਜ਼ਦ ਕੀਤਾ ਗਿਆ ਸੀ। ਇਹ ਪੁਲਿਸ ਉਸੇ ਨੂੰ ਫੜਨ ਵਾਸਤੇ ਦਬਾਅ ਬਣਾ ਰਹੀ ਹੈ, ਪਰ ਇਸ ਗੱਲ ਦੇ ਨਾਲ ਮੁੰਡੇ ਦੇ ਪਰਿਵਾਰ ਦੇ ਲੋਕ ਤੇ ਮੁਹੱਲੇ ਦੇ ਲੋਕ ਭੜਕ ਗਏ। ਲੋਕਾਂ ਦਾ ਇਲਜ਼ਾਮ ਸੀ ਕਿ ਗੋਲੀ ਚਲਾਉਣ ਦਾ ਇਲਜ਼ਾਮ ਜਿਸ ਸ਼ਖਸ ਤੇ ਹੈ ਉਹ ਤਾਂ ਫਰਾਰ ਹੈ, ਪਰ ਪੁਲਿਸ ਉਸਦੇ ਘਰ ਵਾਲਿਆਂ ਨੂੰ ਪਰੇਸ਼ਾਨ ਕਰ ਰਹੀ ਹੈ। ਇਲਾਕੇ ਦੀ ਸੁਸਾਇਟੀ ਨੇ ਸਿੱਧਾ ਇਲਜ਼ਾਮ ਲਗਾਇਆ ਕਿ ਪੁਲਿਸ ਕਾਨੂੰਨ ਤੋਂ ਉੱਤੇ ਹੋ ਕੇ ਉਸਦੇ ਪਰਿਵਾਰ ਦੀਆਂ ਮਹਿਲਾਵਾਂ ਨੂੰ ਵੀ ਹਿਰਾਸਤ 'ਚ ਲੈਣਾ ਚਾਹੁੰਦੀ ਸੀ, ਜਿਸ ਦੇ ਚੱਲਦਿਆਂ ਉਹਨਾਂ ਦੇ ਘਰ ਦੇ ਬਾਹਰ ਭਾਰੀ ਪੁਲਿਸ ਫੋਰਸ ਲਾਤੀ ਗਈ। ਜਿਸ ਸ਼ਖਸ ਦੇ ਗੋਲੀ ਚਲਾਉਣ ਦਾ ਇਲਜ਼ਾਮ ਲੱਗਾ ਸੀ ਉਹ ਦਰਅਸਲ ਵਕਾਲਤ ਦੀ ਪੜ੍ਹਾਈ ਕਰ ਰਿਹਾ ਹੈ। ਇਸ ਦੇ ਚੱਲਦਿਆਂ ਪਰਿਵਾਰ ਨੂੰ ਕਾਨੂੰਨ ਦਾ ਪੂਰਾ ਗਿਆਨ ਸੀ। ਉਹਨਾਂ ਨੇ ਪੁਲਿਸ ਤੇ ਇਲਜ਼ਾਮ ਲਗਾ ਕੇ ਹਾਈ ਕੋਰਟ ਦੇ ਵਿੱਚ ਦਰਖਾਸਤ ਦੇ ਦਿੱਤੀ, ਜਿਸ ਦੇ ਚੱਲਦਿਆਂ ਹਾਈ ਕੋਰਟ ਦੇ ਵਾਰੰਟ ਅਫਸਰ ਨੇ ਵੀ ਮੌਕੇ ਦੇ ਉੱਤੇ ਦੌਰਾ ਕੀਤਾ। ਮੁਹੱਲੇ ਦੇ ਲੋਕ ਜਿੱਥੇ ਪੁਲਿਸ ਦੇ ਧੱਕੇਸ਼ਾਹੀ ਦਾ ਇਲਜ਼ਾਮ ਲਗਾ ਰਹੇ ਨੇ, ਦੂਸਰੇ ਪਾਸੇ ਪੁਲਿਸ ਦਾ ਪੱਖ ਹੈ ਕਿ ਮੁਹੱਲੇ ਦੇ ਲੋਕ ਗਲਤ ਬੰਦੇ ਦਾ ਸਾਥ ਦੇ ਰਹੇ ਨੇ। ਕੌਣ ਸਹੀ ਹੈ ਕੌਣ ਗਲਤ, ਇਸ ਦਾ ਫੈਸਲਾ ਤਾਂ ਅਦਾਲਤ ਹੀ ਕਰੇਗੀ। ਫਿਲਹਾਲ ਤੁਸੀਂ ਸੁਣੋ ਮੁਹੱਲੇ ਦੇ ਲੋਕਾਂ ਨੇ ਤੇ SHO ਨੇ ਕੀ ਕਿਹਾ। ਦੱਸੋ ਜੀ, ਮਸਲਾ ਕੀ ਹੈ ਅੰਕਲ? ਮਸਲਾ ਇੱਦਾਂ ਕਿ ਸਰ ਜੀ, ਅਸੀਂ ਸੁਸਾਇਟੀ ਦੇ ਮੈਂਬਰ ਹਾਂ, ਇਹ ਸਾਡੇ ਪ੍ਰਧਾਨ ਜੀ ਨੇ ਜੇ ਰਮੇਸ਼ਵਰ ਕਲੋਨੀ ਸੁਸਾਇਟੀ ਦੇ, ਸਰਦਾਰ ਦਰਸ਼ਨ ਸਿੰਘ ਵੀਰ ਦੀ, ਮੈਂ ਵਾਈਸ ਪ੍ਰੈਜ਼ੀਡੈਂਟ ਹਾਂ, ਵਿਨੋਦ ਕੁਮਾਰ ਸਰੀਨ, ਇੱਥੇ ਸਾਡੇ ਜਨਰਲ ਸੈਕਟਰੀ ਹੈਗੇ ਨੇ ਸ਼੍ਰੀ ਤੁਲਸੀ ਰਾਮ ਜੀ। ਦੱਸੋ ਗੱਲ ਸਰ, ਵਾਕਿਆ ਇਸ ਤਰ੍ਹਾਂ ਕਿ ਰਾਤ ਨੂੰ ਸਾਨੂੰ 7 ਵਜੇ ਘਰ ਮੈਸੇਜ ਆਇਆ ਕਿ ਇੱਥੇ ਨਾ, ਮਤਲਬ ਕਿ ਉਹਨਾਂ ਦੇ ਘਰ ਦੇ ਵਿੱਚ ਪੁਲਿਸ ਜ਼ਬਰਦਸਤੀ ਅਰੈਸਟ ਕਰ ਲਿਆ ਉਹਨਾਂ ਨੂੰ, ਲੇਡੀਜ਼ ਨੂੰ। ਇੱਥੇ ਵਾਕਿਆ ਇਹ ਹੋਇਆ ਜੀ, ਇਹਨਾਂ ਦਾ ਕੋਈ ਝਗੜਾ ਹੋਇਆ ਜੀਪ ਦੇ ਵਿੱਚੋਂ ਧੂੰਏ ਕਰਕੇ। ਪਹਿਲੇ ਇਹਨਾਂ ਦੀ ਆਪਸ ਵਿੱਚ ਥੋੜ੍ਹੀ ਜਿੰਨੀ ਝੜਪ ਹੋਈ, ਦੋ ਬੱਚਿਆਂ ਦੀ ਆਪਸ ਵਿੱਚ ਜਦੋਂ ਝੜਪ ਹੋਈ ਹੈ ਤੇ ਉਹ ਮੁੰਡੇ ਦੇ ਨਾਲ 10 ਬੰਦੇ ਹੋਰ ਆ ਗਏ ਨੇ ਲੜਾਈ ਕਰਨ ਵਾਸਤੇ। ਇਹ ਆਪਣੀ ਦੁਕਾਨ ਤੋਂ ਉੱਥੇ ਇੱਧਰ ਆ ਗਿਆ ਵੇ, ਉਹ ਆਦਮੀ ਜਿਹੜਾ ਸੀਗਾ ਉਹ ਵਾਪਸ ਗਿਆ ਆਪਣੀ ਬੀਵੀ ਨੂੰ ਘਰ ਛੱਡ ਕੇ, ਉਹ ਨਾਲ 30-40 ਬੰਦੇ ਲੈ ਕੇ ਆਇਆ। ਉਹਨਾਂ ਨੇ ਆ ਕੇ, ਇਹਨਾਂ ਦਾ ਸੋਨੇ ਦਾ ਕਾਰੋਬਾਰ ਹੈ, ਠੀਕ ਹੈ ਜੀ, ਉਹਨਾਂ ਨੇ ਆ ਕੇ ਇਹਨਾਂ ਦੇ ਉੱਤੇ ਧਾਵਾ ਬੋਲ ਦਿੱਤਾ। ਇਸ ਆਦਮੀ ਨੇ ਸੈਲਫ ਡਿਫੈਂਸ ਵਾਸਤੇ ਇਹਦੇ ਕੋਲੋਂ ਗਲਤੀ ਨਾਲ ਕੋਈ ਫਾਇਰ ਹੋਇਆ ਵਾ, ਜਿਹੜਾ ਕਿ ਉਹਨੇ ਇਹਨਾਂ ਦੇ ਉੱਤੇ ਨਿੰਘਾ ਅਟੈਕ ਕੀਤਾ, ਸਿਰਫ ਆਪਣੇ ਇਹਨਾਂ ਨੂੰ ਦੜਾਉਣ ਵਾਸਤੇ ਕੀਤਾ, ਠੀਕ ਹੈ ਜੀ। ਜਦੋਂ ਇਹਨਾਂ ਨੇ ਉਹਦੀ ਰਿਵਾਲਵਰ ਖੋਹਣ ਦੀ ਕੋਸ਼ਿਸ਼ ਕੀਤੀ ਹੈ, ਉਸ ਵੇਲੇ ਉਹਨੇ ਇਹਨਾਂ ਦੇ ਕੋਲੋਂ ਆਪਣੀ ਰਿਵਾਲਵਰ ਨੂੰ ਸੇਫ ਕਰਨ ਵਾਸਤੇ ਤੇ ਇਹਨਾਂ ਦੇ ਉੱਤੇ ਸਿਰ ਦੇ ਉੱਤੇ ਰਿਵਾਲਵਰ ਲੱਗੀ ਜਾਂਦੀ, ਗੋਲੀ ਨਹੀਂ ਲੱਗੀ, ਗੋਲੀ ਨਹੀਂ ਲੱਗੀ, ਕੰਨ ਤੇ ਲੱਗੀ। SHO ਸਾਹਿਬ ਨੇ ਜ਼ਬਰਦਸਤੀ ਕੀਤੀ ਹੈ ਸਾਰੀ, ਮੌਕੇ ਦੇ ਉੱਤੇ ਆ ਕੇ ਅਸੀਂ ਉਹਨਾਂ ਦੀ ਰਿਕੁਐਸਟ ਵੀ ਕੀਤੀ ਕਿ ਉਹ ਇਹਨਾਂ ਦੀ ਜਨਾਨੀਆਂ ਨੂੰ ਅੰਦਰੋਂ ਕੱਢ ਕੇ ਤੇ ਨਾਲ ਲਿਜਾਂਦੇ ਸੀਗੇ। ਇਹ ਜਨਾਨੀਆਂ ਜਾਣਗੀਆਂ, ਹਰ ਹਾਲਤ 'ਚ ਜਾਣਗੀਆਂ, ਕਹਿੰਦਾ ਹੁਣ ਨਾ ਲਿਜਾਵਾਂਗੇ, ਕਹਿੰਦਾ 10 ਮਿੰਟਾਂ ਨੂੰ ਲੈ ਜਾਵਾਂਗੇ। ਇੱਥੇ ਜਦੋਂ ਮੁਹੱਲੇ ਦੇ ਲੋਕ ਜ਼ਿਆਦਾ ਇਕੱਠੇ ਹੋ ਗਏ ਨੇ ਤੇ ਉਹਨਾਂ ਨੇ ਫਿਰ ਰਾਤ ਨੂੰ ਆਪਣੇ SP ਸਾਹਿਬ ਨੂੰ ਬੁਲਾਇਆ। SP ਸਾਹਿਬ ਨੇ ਪਹਿਲੇ ਤੇ ਆ ਕੇ ਮੰਨ ਲਿਆ ਕਿ ਅਸੀਂ ਜਨਾਨੀਆਂ ਨਹੀਂ ਲਿਜਾਂਦੇ, ਪਹਿਲੇ ਕਹਿੰਦੇ ਲੈ ਕੇ ਜਾਵਾਂਗੇ, ਫਿਰ ਜਦੋਂ ਅਸੀਂ ਫੋਰਸ ਨਾਲ ਉਹਨਾਂ ਨੂੰ ਕੰਪੈਲ ਕੀਤਾ ਤੇ ਉਹ ਕਹਿੰਦੇ ਹੁਣ ਨਹੀਂ ਲੈ ਕੇ ਜਾਵਾਂਗੇ, ਠੀਕ ਹੈ। ਪਰ ਅਸੀਂ ਕਿਹਾ ਜੀ ਸਾਡੀਆਂ ਕੁੜੀਆਂ ਅੰਦਰ ਇਕੱਲੀਆਂ, ਤੁਸੀਂ ਅੰਦਰ ਮੁਲਾਜ਼ਮ ਇੰਨੇ ਵਾੜ ਦਿੱਤੇ ਨੇ ਤੇ ਇਹਨਾਂ ਵਾਸਤੇ ਸਾਨੂੰ ਵੀ ਤੇ ਸਿਕਿਉਰਿਟੀ ਲਈ ਕੋਈ ਬੰਦੇ ਦਿਓ। ਉਹਨਾਂ ਨੇ ਕਿਹਾ ਠੀਕ ਹੈ, ਤੁਸੀਂ ਪਹਿਲੇ 2 ਬੰਦੇ ਲੈ ਜਾਓ ਅੰਦਰ। ਮੁੜ ਕੇ ਨਾਲ ਹੀ ਮੁੱਕਰ ਕੇ ਕਹਿੰਦੇ ਮੈਂ ਬੰਦਾ ਕੋਈ ਨਹੀਂ ਲੈ ਕੇ ਜਾਣਾ, ਮੈਂ ਰਾਤ ਨੂੰ ਕਹਿੰਦੇ ਜਨਾਨੀਆਂ ਵੀ ਲੈ ਕੇ ਜਾਊਂਗਾ, ਤੁਸੀਂ ਜੋ ਕਰਨਾ ਕਰ ਲਓ। ਜਿਹੜੇ ਅੱਜ ਹਾਈ ਕੋਰਟ ਤੋਂ ਆਏ ਆ ਉਹਦਾ, ਇਹ ਤੇ ਭਾਜੀ ਦੇਖੋ ਇਹਦੇ ਬਾਰੇ ਅਜੇ ਮੈਨੂੰ ਕੁਛ ਪਤਾ ਨਹੀਂ ਗਿਆ ਹੈਗਾ। ਇਹ ਅਚਾਨਕ ਅਸੀਂ ਇੱਥੇ ਸਾਰੇ ਜਣੇ ਇਹਨਾਂ ਦੀ ਰਿਕੁਐਸਟ ਵਾਸਤੇ ਇਕੱਠੇ ਹੋਏ ਸੀਗੇ ਕਿ ਉਹਨਾਂ ਦੇ ਕੋਲ ਛੋਟਾ ਬੱਚਾ ਵਾ, ਉਹਨਾਂ ਨੂੰ ਕੋਈ ਰੋਟੀ ਪਾਣੀ ਦਾ ਦੇਣ ਦਿਓ, ਸਾਨੂੰ ਕੋਈ ਉਹਨਾਂ ਦੀ ਦਵਾਈ ਦਾਰੂ ਹੈ, ਬਜ਼ੁਰਗ ਉਹਨਾਂ ਦੇ ਮਾਤਾ ਜੀ ਨੇ। ਨਹੀਂ ਕੱਲ ਤੋਂ ਇਹਨਾਂ ਨੂੰ ਖਾਣਾ ਵੀ ਨਹੀਂ ਦਿੱਤਾ? ਨਹੀਂ ਦਿੱਤਾ ਜੀ, ਬਿਲਕੁਲ ਨਹੀਂ ਦਿੱਤਾ। ਇਹ ਮੰਨਿਆ ਜਾਵੇ ਕਿ ਪੁਲਿਸ ਧੱਕਾ ਕਰ ਰਹੀ ਰੱਜ ਕੇ? ਸਰ ਜਰੂਰ ਧੱਕਾ, ਸਰ ਧੱਕਾ ਤੇ ਉਹਨਾਂ ਨੇ, ਉਹਨਾਂ ਨਾਲ ਕੀ ਕਰਨਾ, ਉਹਨਾਂ ਨੇ ਸਾਨੂੰ ਵੀ ਧੱਕੇ ਮਾਰੇ ਨੇ, ਧੱਕੇ ਮਾਰੇ ਸਾਨੂੰ ਵੀ, ਧੱਕੇ ਮਾਰੇ ਨਿੱਕੇ ਨਹੀਂ ਕਰ ਸਕੇ ਉੱਥੇ ਗਿਆ ਖੜੋ, ਉਹ ਕਿਸੇ ਨੂੰ ਇੱਥੇ ਖੜਾ ਹੀ ਨਹੀਂ ਹੋਣ ਦਿੰਦੇ। ਅਸੀਂ ਜਦੋਂ ਕਿਹਾ ਅਸੀਂ ਇੱਥੇ ਦੇ ਰੈਜੀਡੈਂਸ਼ੀਅਲ ਆ, ਉਹ ਕਹਿੰਦੇ ਫਿਰ ਕਹਿੰਦੇ ਆਪਣੇ ਆਪਣੇ ਦਰਵਾਜ਼ੇ ਬੰਦ ਕਰੋ, ਲਾਈਟਾਂ ਤੁਹਾਡੀਆਂ ਬੰਦ ਹੋਣੀਆਂ ਚਾਹੀਦੀਆਂ। ਨਹੀਂ, ਜਦੋਂ ਇੱਥੋਂ ਪੁਲਿਸ ਚੱਲ ਗਈ ਸੀ, ਜਦੋਂ ਬਾਅਦ 'ਚ ਉਹਨਾਂ ਨੂੰ ਨਹੀਂ ਲੈ ਕੇ ਗਏ ਨਾਲ, ਤੁਸੀਂ ਜਾਣ ਨਹੀਂ ਦਿੱਤਾ? ਨਹੀਂ ਸਰ, ਇਸ ਤਰ੍ਹਾਂ ਵੇ ਕਿ ਪੁਲਿਸ ਇੱਥੇ ਹੀ ਰਹੀ ਆ, ਸਾਨੂੰ 2:30 ਵਜੇ ਸਾਰਿਆਂ ਨੂੰ ਧੱਕੇ ਮਾਰ ਕੇ ਦੜਾ ਦਿੱਤਾ। ਹਾਂਜੀ ਠੀਕ ਹੈ ਭਾਈ, ਅੱਜ ਅੱਜ ਬਾਰੇ ਦੱਸੋ ਕਿਉਂ ਆਏ ਸੀ?
ਬੈਠਾ ਮੁਕਦਮ ਨੰਬਰ 217 ਦਰਜ ਹੈ 21-8-2017 ਦਾ ਉਹਦੇ ਦੋਸ਼ੀ ਆ ਗਰੀਸ਼ ਕੁਮਾਰ ਸਨ ਸੰਤੋਸ਼ ਕੁਮਾਰ ਉਹਨੂੰ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਨੇ ਵੱਖ ਵੱਖ ਜਗ੍ਹਾ ਪਾਰਟੀਆਂ ਬਣਾਈਆਂ ਹੋਈਆਂ ਉਹ ਰੇਡ ਕਰਨ ਵਾਸਤੇ ਆ ਰਹੀਆਂ ਅੱਜ ਵੀ ਪੁਲਿਸ ਪਾਰਟੀ ਇੱਥੇ ਆਈ ਹੋਈ ਸੀਗੀ ਮੀਨ ਟਾਈਮ ਵਾਰੰਟ ਅਫਸਰ ਆਏ ਆ ਇਹਨਾਂ ਨੇ ਪਟੀਸ਼ਨ ਪਾਈ ਉਹਦਾ ਰਿਪਲਾਈ ਦੇਵਾਂਗੇ ਪੁਲਿਸ ਦਾ ਕੰਮ ਆ ਕ੍ਰਾਈਮ ਨੂੰ ਰੋਕਣਾ ਬਾਈ ਨੇਮ ਕੇਸ ਰਜਿਸਟਰਡ ਆ ਤੁਸੀਂ ਫੜਨਾ ਉਹ ਫੜ ਕੇ ਰਵਾਂਗੇ ਤਾਂ ਕਿ ਹੋਰ ਕ੍ਰਾਈਮ ਨਾ ਕਰੇ ਉਹਨੇ ਕੱਲ੍ਹ ਗੋਲੀ ਚਲਾਈ ਆ ਬੰਦਾ ਇੰਜਰਡ ਆ ਸਿਵਲ ਹਸਪਤਾਲ ਬਟ ਇਸ ਕਰਕੇ ਪੁਲਿਸ ਆਈ ਹੈ ਹੁਣ ਵੀ ਮੁਹੱਲੇ 'ਚ ਇੱਥੇ ਲਾਲ ਰੋਡ 'ਤੇ ਪ੍ਰੋਬਲਮ ਵੀ ਪੁਲਿਸ ਲੈ ਕੇ ਆਏ ਅਸੀਂ ਅਤੇ ਆਵਾਂਗੇ ਜਿਹੜਾ ਬੰਦਾ ਲਾਲ ਨੂੰ ਖਰਾਬ ਕਰਦਾ ਕਾਨੂੰਨ ਨੂੰ ਉਲੰਘਣਾ ਕਰਦਾ ਉਹਦੇ ਖਿਲਾਫ਼ ਪੁਲਿਸ ਦਾ ਕੰਮ ਹੈ ਐਕਸ਼ਨ ਕਰਨਾ ਪੁਲਿਸ ਦਾ ਕੰਮ ਇਹ ਹੈ ਲਾਲ ਨੋਟ ਮੈਂਟੇਨ ਕਰਨਾ ਉਹਦੀ ਡਿਊਟੀ ਕਰ ਰਹੇ ਹਾਂ ਅਸੀਂ ਪਟੀਸ਼ਨ ਦੇ ਵਿੱਚ ਕੀ ਕਿਹਾ ਗਿਆ ਹਾਂਜੀ ਪਟੀਸ਼ਨ ਦੇ ਵਿੱਚ ਪਟੀਸ਼ਨ ਦੀ ਕਾਪੀ ਨਹੀਂ ਮਿਲੀ ਜੋ ਕਾਪੀ ਆਊਗੀ ਤੇ ਉਹਦਾ ਰਿਪਲਾਈ ਦੇਵਾਂਗੇ ਅਸੀਂ ਮੱਲੇ ਵਾਲੇ ਭਾਈ ਕਹਿਣਾ ਕਿ ਪੁਲਿਸ ਧੱਕਾ ਕਰ ਰਹੀ ਬਿਲਕੁਲ ਨਹੀਂ ਜੀ ਸਾਡੇ ਨਾਲ ਬਿਲਕੁਲ ਨਹੀਂ ਕਿਸੇ ਨਾਲ ਕੋਈ ਧੱਕਾ ਨਹੀਂ ਕਰ ਰਹੀ ਮੱਲੇ ਵਾਲੇ ਜਿਹੜੇ ਆ ਕ੍ਰਿਮੀਨਲ ਨੂੰ ਸਪੋਰਟ ਕਰ ਰਹੇ ਆ ਉਹ ਜਿਹੜਾ ਕ੍ਰਾਈਮ ਨੂੰ ਸਪੋਰਟ ਕਰੂਗਾ ਉਹ ਵੀ ਕਾਨੂੰਨ ਦੇ ਉਲੰਘਣਾ ਕਰਦਾ ਉਹਦੇ ਖਿਲਾਫ਼ ਵੀ ਐਕਸ਼ਨ ਕਰਾਂਗੇ ਸਰ ਕਾਰਨ ਕੀ ਇੰਨੀ ਫੋਰਸ ਖੜੀ ਕਰਨ ਦਾ ਹਾਂ ਜਦੋਂ ਜਿੱਥੇ ਕੱਲ੍ਹ ਗੋਲੀ ਚੱਲੀ ਸੀ ਉਹ ਜਿਹੜਾ ਪੀੜਿਤ ਪਰਿਵਾਰ ਹੈ ਉਹਨਾਂ ਨੇ ਵੀ ਕੱਲ੍ਹ ਵੀ ਅੱਜ ਵੀ ਉਹਨਾਂ ਨੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਸੀਗਾ ਸਾਨੂੰ ਇਹ ਵੀ ਸ਼ੱਕ ਹੈ ਵੀ ਉਹ ਕਿਨਾਂ ਦਾ ਇਸ ਜਿਹੜਾ ਪੀੜਿਤ ਇਹ ਹੈਗਾ ਮੁਰਦਿਆਂ ਦਾ ਘਰ ਵੀ ਇਸ ਦੇ ਘਰ 'ਤੇ ਨਾ ਕੋਈ ਅਟੈਕ ਕਰਦੇ ਨਾ ਇਸ ਕਰਕੇ ਫੋਰਸ ਇੱਥੇ ਲਾਈ ਹੁਣ ਫੋਰਸ ਲੈ ਕੇ ਜਾ ਰਹੇ ਹੋ ਜਾਂ ਇੱਥੇ ਨਹੀਂ ਇੱਥੇ ਰਹੂਗੀ ਜਿਹੜੇ ਕੋਰਟ ਦੇ ਆਰਡਰ ਆਏ ਆ ਨਹੀਂ ਕੋਰਟ ਦੇ ਆਰਡਰ ਦਾ ਸੰਬੰਧ ਵਿੱਚ ਕੋਈ ਕਾਪੀ ਨਹੀਂ ਮਿਲੀ ਵੀ ਇਸ ਦੇ ਘਰ 'ਤੇ ਨਾ ਕੋਈ ਅਟੈਕ ਕਰਦੇ ਨਾ ਇਸ ਕਰਕੇ ਫੋਰਸ ਇੱਥੇ ਲਾਈ ਹੁਣ ਫੋਰਸ ਲੈ ਕੇ ਜਾ ਰਹੇ ਹੋ ਜਾਂ ਇੱਥੇ ਨਹੀਂ ਇੱਥੇ ਰਹੂਗੀ ਜਿਹੜੇ ਕੋਰਟ ਦੇ ਆਰਡਰ ਆਏ ਆ ਨਹੀਂ ਕੋਰਟ ਦੇ ਆਰਡਰ ਦਾ ਸੰਬੰਧ ਵਿੱਚ ਕੋਈ ਕਾਪੀ ਨਹੀਂ ਮਿਲੀ ਕਾਪੀ ਮਿਲੂਗੀ ਉਹਦਾ ਰਿਪਲਾਈ ਦੇਵਾਂਗੇ ਔਰ ਮੁਹੱਲੇ 'ਚ ਲਾਅ ਐਂਡ ਆਰਡਰ ਦੇਖਣਾ ਮੇਰੀ ਡਿਊਟੀ ਆ ਬਤੌਰ ਐਸ ਐਚ ਓ ਮੈਂ ਉਹ ਦੇਖ ਰਿਹਾ ਅਤੇ ਫੋਰਸ ਇਸ ਕਰਕੇ ਲਾਈ ਹੈ ਕਿ ਦੋ ਗਰੁੱਪਾਂ 'ਚ ਦੁਆਰਾ ਕਲੈਸ਼ ਨਾ ਹੋ ਜਾਵੇ ਇਸ ਕਰਕੇ ਫੋਰਸ ਮੁਹੱਲੇ 'ਚ ਰਹੀ ਹੈ ਔਰ ਲੱਗੀ ਰਹੂਗੀ ਜਿਹੜੇ ਫਿਲਹਾਲ ਸਰ ਜਿਹੜਾ ਉਹਨਾਂ ਨੇ ਕੋਰਟ ਦੇ ਵਿੱਚ ਆਰਡਰ ਪਾਇਆ ਕੀ ਪਾਇਆ ਕੀ ਸੀ ਨਹੀਂ ਉਹਦੀ ਕਾਪੀ ਨਹੀਂ ਮਿਲੀ ਅਤੇ ਸਰ ਇਹਦੇ ਅੰਦਰ ਘਰ ਦੇ ਅੰਦਰ ਦੋਸ਼ੀ ਦੀ ਪਤਨੀ ਅਤੇ ਮਾਤਾ ਦੇ ਨਾਲ ਮੌਜੂਦ ਨੇ ਅੰਦਰ ਅੰਦਰ ਪਤਾ ਨਹੀਂ ਕੌਣ ਮੌਜੂਦ ਮੈਂ ਨਹੀਂ ਅੰਦਰ ਗਿਆ ਨਾ ਨਹੀਂ ਤੇ ਉਹ ਚਲੇ ਗਏ ਨੇ ਸੋਰੀ ਗੇਟ ਬੰਦ ਆ ਤੁਹਾਡੇ ਸਾਹਮਣੇ ਕਹਿੰਦੇ ਮਤਲਬ ਜਿਹੜੇ ਆਏ ਸੀ ਨਾ ਕੋਰਟ ਤੋਂ ਜੀ ਉਹਨਾਂ ਦੇ ਨਾਲ ਉਹ ਉਹਨਾਂ ਦੇ ਰਿਸ਼ਤੇਦਾਰ ਸੀ ਤੇ ਉਹ ਨਾਲ ਲੈ ਗਏ ਉਹ ਸਾਹ ਤਾਂ ਲੈ ਗਏ ਠੀਕ ਹੈ ਅੰਦਰ ਜਾਂਚ ਨਹੀਂ ਗਏ ਉਹ ਅੰਦਰ ਤੁਹਾਨੂੰ ਪਤਾ ਹੋਏਗਾ ਕੌਣ ਕੌਣ ਮੌਜੂਦ ਨੇ ਅੰਦਰ ਕੱਲ੍ਹ ਤਾਂ ਫੈਮਿਲੀ ਮੈਂਬਰ ਦੋ ਤਿੰਨ ਮੌਜੂਦ ਸੀਗੇ ਹੋਰ ਵੀ ਸ਼ਹਿਰ ਦੇ ਇੱਥੇ ਐਮ ਸੀ ਵਗੈਰਾ ਹੋਰ ਕਾਫੀ ਮੁਹੱਲੇ ਦੇ ਮੌਜੂਦ ਬੰਦੇ ਸੀ ਜਦੋਂ ਅਸੀਂ ਗਏ ਸੀਗੇ ਉਸ ਤੋਂ ਬਾਅਦ ਪੁਲਿਸ ਪਾਰਟੀ ਚਲੀ ਗਈ ਸੀ ਅੱਜ ਉਹ ਰੇਡ ਕਰਨ ਆਏ ਸੀ ਮੇਨ ਟਾਈਮ ਇਹ ਆ ਗਏ ਔਰ ਮੁਹੱਲੇ 'ਚ ਫੋਰਸ ਆਉਣ ਲੱਗੀ ਹੈ ਜਿੰਨੇ ਵੀ ਪੈਟਰੋਲਿੰਗ ਕਰਦੀ ਆ ਲਾਈਨ ਆਰਡਰ ਦੇਖ ਰਹੀ ਹੈ ਪੈਟਰੋਲਿੰਗ ਦੋ ਗਰੁੱਪਾਂ ਦੁਆਰਾ ਕਲੈਸ਼ ਨਾ ਹੋ ਜਾਵੇ ਇਸ ਕਰਕੇ ਮੁਹੱਲੇ 'ਚ ਆਏ ਹੋਏ ਸਰ ਇੱਕ ਗੱਲ ਤੁਸੀਂ ਕੁਛ ਬੰਦਿਆਂ ਨੂੰ ਧੱਕੇ ਮਾਰ ਕੇ ਬਾਹਰ ਬਿਲਕੁਲ ਨਹੀਂ ਧੱਕੇ ਮਾਰੇ ਜ਼ਬਰਦਸਤੀ ਅਸੀਂ ਜਦੋਂ ਇਨਵੈਸਟੀਗੇਸ਼ਨ ਉੱਥੇ ਕਰ ਰਹੇ ਸੀਗੇ ਉਹ ਜ਼ਬਰਦਸਤੀ ਅੰਦਰ ਜਾਣਾ ਚਾਹੁੰਦੇ ਸੀ ਅਸੀਂ ਉਹਨਾਂ ਨੂੰ ਮਨਾ ਕੀਤਾ ਸੀ ਵੀ ਅੰਦਰ ਨਾ ਜਾਓ ਸੀਗੇ ਕੌਣ ਕਿਉਂਕਿ ਉਹਨਾਂ ਤੋਂ ਜਾਣਕਾਰ ਹੋਣੀ ਨਹੀਂ ਉਹਨਾਂ ਸਪੋਰਟ ਕਰਨ ਆਏ ਸੀਗੇ ਇੱਥੇ ਜਦੋਂ ਕਾਫੀ ਪਬਲਿਕ ਆਈ ਹੋਈ ਸੀਗੀ ਉਸ ਤੋਂ ਉਹਨਾਂ ਦੇ ਰਿਸ਼ਤੇਦਾਰ ਸੀ ਜਾਂ ਮੁਹੱਲੇਦਾਰ ਸੀ ਮੈਂ ਉਹਨਾਂ ਨੂੰ ਕਿਸੇ ਨੂੰ ਵੀ ਜਾਣਦਾ ਗਾ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਸੀ ਵੀ ਤੁਸੀਂ ਸਾਨੂੰ ਕੰਮ ਕਰ ਦਿਓ ਇਨਵੈਸਟੀਗੇਸ਼ਨ ਆਪਣੀ ਉਹ ਆਪਣੀ ਕਿਸਮ ਦਾ ਬਸ ਚਲੇ ਗਏ ਧੱਕੇ ਮਾਰਨ ਦਾ ਕਾਰਨ ਕੋਈ ਧੱਕੇ ਨਹੀਂ ਮਾਰੇ ਕਿਸੇ